ਲੋ ਵੀ ਸਾਥੀਓ ਹੌਲੀਡੇ ਸੀਜ਼ਨ ਆਇਆ ਹੋਇਆ ਹੈ ਤੇ ਮੈਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹੈਪੀ ਐਂਡ ਹੈਲਦੀ ਹੌਲੀਡੇ ਸੀਜ਼ਨ ਦੀਆਂ ਦੁਆਵਾਂ ਦਿੰਦਾ ਇਹ ਤਿਉਹਾਰਾਂ ਦਾ ਮੌਸਮ ਹੈ ਜੀ ਆਪਾਂ ਸਾਰੇ ਤਿਉਹਾਰ ਮਨਾਣੇ ਨੇ ਹਰ ਤਿਉਹਾਰ ਖੁਸ਼ੀਆਂ ਲੈ ਕੇ ਆਉਂਦਾ ਹੈ ਖੇੜੇ ਲੈ ਕੇ ਆਉਂਦਾ ਉਹ ਜੀ ਉੱਥੋਂ ਹੀ ਮੈਨੂੰ ਯਾਦ ਆਇਆ ਕਿ ਮੇਰਾ ਨਾ ਇੱਕ ਦੋਸਤ ਗੋਰਾ ਦੋਸਤ ਉਹਨਾ ਮੈਨੂੰ ਇੱਕ ਦਿਨ ਪੁੱਛਣ ਲੱਗਿਆ ਕਹਿੰਦਾ ਯਾਰ ਤੁਸੀਂ ਨਾ ਲੋਹੜੀ ਮਨਾਉਂਦੇ ਹੋ ਵਿਸਾਖੀ ਮਨਾਉਂਦੇ ਹੋ ਤੇ ਤੁਸੀਂ ਦੀਵਾਲੀ ਮਨਾਉਂਦੇ ਹੋ ਅਸੀਂ ਤਾਂ ਸਿਰਫ 크리스마ਸ ਹੀ ਮਨਾਉਂਦੇ ਹਾਂ ਤਾਂ ਮੈਨੂੰ ਉਹ ਪੁੱਛਣ ਲੱਗਿਆ ਤੂੰ ਕਿਹੜਾ ਤਿਉਹਾਰ ਮਨਾਉਂਦਾ ਤੇਰਾ ਸਭ ਤੋਂ ਵੱਡਾ ਤਿਉਹਾਰ ਕਿਹੜਾ ਹੈ ਮੈਂ ਕਿਹਾ ਮੇਰਾ ਤਾਂ ਸਭ ਤੋਂ ਵੱਡਾ ਤਿਉਹਾਰ ਮੇਰੀ ਘਰ ਵਾਲੀ ਹੈ ਤੇ ਮੈਂ ਉਹਨੂੰ ਦਿਨ ਵਿੱਚ ਕਈ ਵਾਰੀ ਮਨਾਉਂਦਾ ਉਹ ਜੀ ਇਹ ਰੁੱਸਣ ਤੇ ਮਨਾਉਣ ਤੋਂ ਮੈਨੂੰ ਯਾਦ ਆਇਆ ਕਿ ਇੱਕ ਨਾ ਪਤਨੀ ਆਪਣੇ ਪਤੀ ਨੂੰ ਕਹਿੰਦੀ ਮੈਂ ਤੁਹਾਡੇ ਨਾਲ ਰੁੱਸੀ ਹੋਈ ਹਾਂ ਮੈਂ ਤੁਹਾਡੇ ਨਾਲ ਰੁੱਸੀ ਹੋਈ ਹਾਂ ਤਪਤੀ ਕਹਿਣ ਲੱਗਿਆ ਨਵੀਂ ਰੁੱਸੀ ਹੋਈ ਐ ਕਿ ਉਹ ਪਹਿਲੇ ਵਾਲੀ ਹੋਈ ਰੁੱਸੀ ਹੋਈ ਐ ਲੋ ਵੀ ਦੋਸਤੋ ਇੱਥੋਂ ਹੀ ਮੈਨੂੰ ਯਾਦ ਆਇਆ ਕਿ ਪਤੀ ਪਤਨੀ ਨਾ ਰੁੱਸ ਗਏ ਰੁੱਸ ਗਏ ਤੇ ਜਦੋਂ ਕੋਈ ਰੁੱਸਦੇ ਆ ਨਾ ਆਪਾਂ ਤਾਂ ਫੇਰ ਕੀ ਹੁੰਦਾ ਕਿ ਆਪਾਂ ਨਾ ਕਿੰਨੇ ਕਿੰਨੇ ਦਿਨ ਗੱਲਬਾਤ ਹੀ ਨਹੀਂ ਕਰਦੇ ਕਿੰਨੇ ਕਿੰਨੇ ਦਿਨ ਗੱਲਬਾਤ ਹੀ ਨਹੀਂ ਕਰਦੇ ਤਾਂ ਉਹ ਪਤੀ ਕਹਿਣ ਲੱਗਿਆ ਚੱਲ ਛੱਡ ਗੁੱਸਾ ਹੁਣ ਛੱਡ ਗੁੱਸਾ ਹੁਣ ਜਰਾ ਸਮਾਈਲ ਦੇ ਜਰਾ ਖੁਸ਼ ਹੋ ਤਾਂ ਪਤਨੀ ਕਹਿਣ ਲੱਗੀ ਚਲੋ ਠੀਕ ਐ ਫਿਰ ਫਿਰ ਆਪਾਂ ਇਸ ਤਰ੍ਹਾਂ ਕਰਦੇ ਆ ਕਿ ਇੱਕ ਕਦਮ ਨਾ ਤੁਸੀਂ ਆਓ ਅੱਗੇ ਇੱਕ ਕਦਮ ਤੁਸੀਂ ਵਧੋ ਅੱਗੇ ਤੇ ਇੱਕ ਕਦਮ ਮੈਂ ਪਤੀ ਕਹਿੰਦਾ ਚਲ ਠੀਕ ਐ ਤੇ ਪਤਨੀ ਕਹਿੰਦੀ ਚਲੋ ਠੀਕ ਐ ਤੁਸੀਂ ਮਾਫੀ ਮੰਗੋ ਤੇ ਮੈਂ ਮਾਫੀ ਦੇ ਦੇਨੀ ਆ ਉਹ ਜੀ ਇਥੋਂ ਰੁੱਸਨ ਮਨਾਉਣ ਤੋਂ ਯਾਦ ਆਇਆ ਕਿ ਕਿਸੇ ਨੇ ਕਿਹਾ ਕਿ ਜਿਹੜੇ 50% ਪਤੀ ਨੇ ਨਾ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੀ ਪਤਨੀ ਕਿਸ ਕਰਕੇ ਰੁੱਸੀ ਹੋਈ ਹੈ 50% ਪਤੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਪਤਨੀ ਕਿਸ ਕਰਕੇ ਰੁੱਸੀ ਹੋਈ ਹੈ ਜਾਂ ਨਰਾਜ ਹੈ ਤਾਂ ਲੋ ਜੀ ਇਹਦਾ ਮਤਲਬ ਇਹ ਨਾ ਸਮਝਿਨਾ ਕਿ ਬਾਕੀ ਦੇ 50% ਨੂੰ ਪਤਾ ਹੁੰਦਾ ਕਿ ਉਹ ਕਿਉਂ ਰੁੱਸੀ ਹੁੰਦੀ ਹੈ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਪਤਨੀ ਰੁੱਸੀ ਵੀ ਹੋਈ ਹੈ ਕਿ ਨਹੀਂ ਤੁਸੀਂ ਲੈ ਜੇ ਨਾ ਪਤਨੀਆਂ ਨੂੰ ਇਹ ਪਤਾ ਨਹੀਂ ਹੁੰਦਾ ਪਤੀਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੀ ਪਤਨੀ ਕਿਉਂ ਨਰਾਜ਼ ਹੈ ਕਿਉਂ ਰੁੱਸੀ ਹੋਈ ਹੈ। ਲੋ ਜੀ ਹੁਣ ਜਿਵੇਂ ਪਤਨੀ ਨੇ ਕਿਹਾ ਬੜੇ ਪਿਆਰ ਨਾਲ ਬੈਠੇ ਹੋਏ ਸੀ ਤੇ ਪਤਨੀ ਕਹਿਣ ਲੱਗੀ ਅੱਛਾ ਮੈਨੂੰ ਨਾ ਆਪਣੀ ਮੈਰਿਜ ਐਨੀਵਰਸਰੀ ਤੇ ਕੀ ਗਿਫਟ ਦਿਓਗੇ। ਆਪਰੇ ਮੈਰਿਜ ਐਨੀਵਰਸਰੀ ਤੇ ਕੀ ਗਿਫਟ ਦਿਓਗੇ ਤੇ ਪਤੀ ਕਹਿੰਦਾ ਅੱਛਾ ਆਪਣੀ ਮੈਰਿਜ ਐਨੀਵਰਸਰੀ ਇਸੇ ਮਹੀਨੇ ਹੈ। ਲੋਜੀ ਉਹ ਦਾ ਸੋ ਵੀ ਨਾਰਾਜ਼ ਨਾ ਹੋਵੇ ਤੇ ਕੀ ਕਰੇ ਲੋ ਜੀ ਇਸੇ ਤਰ੍ਹਾਂ ਹੀ ਪਤਨੀ ਕਹਿੰਦੀ ਕਿ ਅੱਜ ਆਪਾਂ ਬਾਹਰ ਖਾਵਾਂਗੇ ਅੱਜ ਖਾਣਾ ਆਪਾਂ ਬਾਹਰ ਖਾਵਾਂਗੇ ਤੇ ਪਤੀ ਨੇ ਕੀ ਕੀਤਾ ਜੀ ਡਾਈਨਿੰਗ ਟੇਬਲ ਜਿਹੜੀ ਸੀ ਨਾ ਉਹ ਬਰਾਂਡੇ ਵਿੱਚ ਲਾ ਦਿੱਤੀ ਪਤਨੀ ਮੂੰਹ ਫੁਲਾ ਕੇ ਬੈਠੀ ਸੀ ਤੇ ਪਤੀ ਨੇ ਪੁੱਛਿਆ ਹੁਣ ਕੀ ਹੋਇਆ ਤੇ ਪਤਨੀ ਕਹਿੰਦੀ ਮੈਂ ਤੁਹਾਡੇ ਨਾਲ ਰੁੱਸੀ ਹੋਈ ਆ ਤੇ ਪਤੀ ਕਹਿੰਦਾ ਹੁਣ ਕੀ ਹੋਇਆ ਪਤਨੀ ਕਹਿੰਦੀ ਪਤਾ ਨਹੀਂ ਕੀ ਹੋ ਜਾਏ ਬੰਦੇ ਨਾਲ ਮੇਰਾ ਵਿਆਹ ਹੋ ਗਿਆ ਜਿੰਨੂੰ ਇਹ ਵੀ ਨਹੀਂ ਪਤਾ ਕਿ ਅੱਜ ਸਾਡੀ ਮੈਰਿਜ ਵਰਸੀ ਹੈ ਤੇ ਪਤੀ ਕਹਿਣ ਲੱਗਿਆ ਉਹ ਮੈਰਿਜ ਬਰਸੀ ਨਹੀਂ ਹੁੰਦੀ ਮੈਰਿਜ ਐਨਿਵਰਸਰੀ ਹੁੰਦੀ ਆ ਫਿਰ ਹੌਲੀ ਜੀ ਕਹਿੰਦਾ ਹੁੰਦੀ ਤਾਂ ਮੈਰਿਜ ਬਰਸੀ ਹੋਈ ਆ ਪਤੀ ਪਤਨੀ 1 ਘੰਟੇ ਤੋਂ ਬਹਿਸ ਕਰ ਰਹੇ ਸੀ 1 ਘੰਟੇ ਤੋਂ ਬਹਿਸ ਕਰ ਰਹੇ ਸੀ ਤਾਂ ਗੁਵਾਂਡੀ ਨੇ ਆ ਕੇ ਉਹਨਾਂ ਨੂੰ ਸਮਝਾਇਆ ਕਿ ਜਿਹੜੇ ਜ਼ਬਾਨ ਦੇ ਜ਼ਖਮ ਹੁੰਦੇ ਨੇ ਨਾ ਉਹ ਕਦੇ ਨਹੀਂ ਭਰਦੇ ਤਾਂ ਜਾ ਕੇ ਉਹਨਾਂ ਦੀ ਆਪਸ ਵਿੱਚ ਲੜਾਈ ਸ਼ੁਰੂ ਹੋਈ ਲੋਬੀ ਸਾਥੀਓ ਤਿਹਾੜ ਮਨਾਉਂਦੇ ਰਵੋ ਖੁਸ਼ੀਆਂ ਮਨਾਉਂਦੇ ਰਵੋ ਹੱਸਦੇ ਰਵੋ ਖਸਾਂਦੇ ਰਵੋ ਰਸਦੇ ਰਵੋ ਮਨਾਉਂਦੇ ਰਵੋ ਜ਼ਿੰਦਗੀ ਜਿੰਦਾਬਾਦ